ਇੱਕ ਹੀਰਿਆਂ ਦੇ ਵਪਾਰੀ ਨੇ 5000 ਤੋਂ ਵੱਧ ਅਮਰੀਕੀ ਹੀਰਿਆਂ ਦਾ ਉਪਯੋਗ ਕਰਕੇ ਰਾਮ ਮੰਦਿਰ ਦੀ ਥੀਮ ਤੇ ਇੱਕ ਹਾਰ ਬਣਾਇਆ। ਹੀਰੇ ਦੇ ਵਪਾਰੀ ਨੇ ਇਸ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਿਰ ਨੂੰ ਉਪਹਾਰ ਦੇ ਵਜੋਂ ਦੇਣ ਦਾ ਫੈਸਲਾ ਲਿਆ। ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਨੇ ਅਗਲੇ ਸਾਲ 22 ਜਨਵਰੀ ਨੂੰ ਦੁਪਹਿਰ ਦੇ ਵਿੱਚ ਰਾਮ ਮੰਦਿਰ ਦੇ ਵਿੱਚ ਰਾਮ ਲੱਲਾ ਨੂੰ ਵਿਰਾਜਮਾਨ ਕਰਨ ਦਾ ਫੈਸਲਾ ਕੀਤਾ। ਭਗਵਾਨ ਰਾਮ ਦੀ ਜਨਮ ਭੂਮੀ ਅਯੋਧਿਆ ਭਾਰਤ ਦੇ ਲੋਕਾਂ ਦੇ ਲਈ ਅਧਿਆਤਮਕ, ਇਤਿਹਾਸਕ ਅਤੇ ਸੰਸਕ੍ਰਿਤਿਕ ਮਹੱਤਵ ਰੱਖਦੀ ਹੈ। ਦੱਸ ਦਈਏ ਕਿ ਮੰਦਿਰ ਦੀ ਥੀਮ ਤੇ ਇਹ ਅਨੋਖਾ ਹੀਰਿਆਂ ਦਾ ਹਾਰ ਬਣਾਇਆ ਗਿਆ। ਸੂਰਤ ਦੇ ਹੀਰਾ ਵਪਾਰੀ ਦੇ ਵੱਲੋਂ ਇਸ ਬੇਸ਼ਕੀਮਤੀ ਹਾਰ ਨੂੰ ਬਣਾਇਆ ਗਿਆ ਤੇ 5000 ਤੋਂ ਵੱਧ ਅਮਰੀਕੀ ਹੀਰਿਆਂ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 2 ਕਿਲੋ ਤੋਂ ਵੱਧ ਚਾਂਦੀ ਦਾ ਵੀ ਇਸ ਦੇ ਵਿੱਚ ਇਸਤੇਮਾਲ ਕੀਤਾ ਗਿਆ। 40 ਕਾਰੀਗਰਾਂ ਨੇ 35 ਦਿਨਾਂ ਦੇ ਵਿੱਚ ਸਖਤ ਮਿਹਨਤ ਕਰਕੇ ਇਸ ਬੇਸ਼ਕੀਮਤੀ ਹਾਰ ਨੂੰ ਤਿਆਰ ਕੀਤਾ। ਦੱਸ ਦਈਏ ਕਿ ਸੂਰਤ ਬੇਸਡ ਇੱਕ ਜਵੈਲਰ ਵੱਲੋਂ ਇਸ ਹਾਰ ਨੂੰ ਤਿਆਰ ਕਰਵਾਇਆ ਗਿਆ ਤੇ ਹੀਰਿਆਂ ਦੇ ਇਸ ਵਪਾਰੀ ਦਾ ਕਹਿਣਾ ਹੈ ਕਿ ਉਹ ਵਪਾਰਕ ਮਕਸਦ ਦੇ ਨਾਲ ਤਿਆਰ ਨਹੀਂ ਕੀਤਾ ਗਿਆ ਬਲਕਿ ਰਾਮ ਮੰਦਿਰ ਨੂੰ ਤੋਹਫੇ ਦੇ ਰੂਪ ਚ ਦਿੱਤਾ ਜਾਣਾ। ਉਹਨਾਂ ਦਾ ਕਹਿਣਾ ਕਿ ਉਹ ਇਹ ਰਾਮ ਦਰਬਾਰ ਤੇ ਹਾਰ ਤਿਆਰ ਕਰਕੇ ਆਪਣੀ ਕਲਾ ਜ਼ਰੀਏ ਭਗਵਾਨ ਲਈ ਆਪਣਾ ਸਤਿਕਾਰ ਜ਼ਾਹਿਰ ਕਰਨਾ ਚਾਹੁੰਦੇ ਨੇ। ਜ਼ਿਕਰਯੋਗ ਹੈ ਕਿ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਲੱਲਾ ਮੰਦਿਰ ਦਾ ਉਦਘਾਟਨ ਸਮਾਰੋਹ ਹੋਣ ਜਾ ਰਿਹਾ ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਨੇ। ਇੱਕ ਹੀਰਿਆਂ ਦੇ ਵਪਾਰੀ ਨੇ 5000 ਤੋਂ ਵੱਧ ਅਮਰੀਕੀ ਹੀਰਿਆਂ ਦਾ ਉਪਯੋਗ ਕਰਕੇ ਰਾਮ ਮੰਦਿਰ ਦੀ ਥੀਮ ਤੇ ਇੱਕ ਹਾਰ ਬਣਾਇਆ। ਹੀਰੇ ਦੇ ਵਪਾਰੀ ਨੇ ਇਸ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਿਰ ਨੂੰ ਉਪਹਾਰ ਦੇ ਵਜੋਂ ਦੇਣ ਦਾ ਫੈਸਲਾ ਲਿਆ। ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਨੇ ਅਗਲੇ ਸਾਲ 22 ਜਨਵਰੀ ਨੂੰ ਦੁਪਹਿਰ ਦੇ ਵਿੱਚ ਰਾਮ ਮੰਦਿਰ ਦੇ ਵਿੱਚ ਰਾਮ ਲੱਲਾ ਨੂੰ ਵਿਰਾਜਮਾਨ ਕਰਨ ਦਾ ਫੈਸਲਾ ਕੀਤਾ। ਭਗਵਾਨ ਰਾਮ ਦੀ ਜਨਮ ਭੂਮੀ ਅਯੋਧਿਆ ਭਾਰਤ ਦੇ ਲੋਕਾਂ ਦੇ ਲਈ ਅਧਿਆਤਮਕ, ਇਤਿਹਾਸਕ ਅਤੇ ਸੰਸਕ੍ਰਿਤਿਕ ਮਹੱਤਵ ਰੱਖਦੀ ਹੈ। ਦੱਸ ਦਈਏ ਕਿ ਮੰਦਿਰ ਦੀ ਥੀਮ ਤੇ ਇਹ ਅਨੋਖਾ ਹੀਰਿਆਂ ਦਾ ਹਾਰ ਬਣਾਇਆ ਗਿਆ। ਸੂਰਤ ਦੇ ਹੀਰਾ ਵਪਾਰੀ ਦੇ ਵੱਲੋਂ ਇਸ ਬੇਸ਼ਕੀਮਤੀ ਹਾਰ ਨੂੰ ਬਣਾਇਆ ਗਿਆ ਤੇ 5000 ਤੋਂ ਵੱਧ ਅਮਰੀਕੀ ਹੀਰਿਆਂ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 2 ਕਿਲੋ ਤੋਂ ਵੱਧ ਚਾਂਦੀ ਦਾ ਵੀ ਇਸ ਦੇ ਵਿੱਚ ਇਸਤੇਮਾਲ ਕੀਤਾ ਗਿਆ। 40 ਕਾਰੀਗਰਾਂ ਨੇ 35 ਦਿਨਾਂ ਦੇ ਵਿੱਚ ਸਖਤ ਮਿਹਨਤ ਕਰਕੇ ਇਸ ਬੇਸ਼ਕੀਮਤੀ ਹਾਰ ਨੂੰ ਤਿਆਰ ਕੀਤਾ। ਦੱਸ ਦਈਏ ਕਿ ਸੂਰਤ ਬੇਸਡ ਇੱਕ ਜਵੈਲਰ ਵੱਲੋਂ ਇਸ ਹਾਰ ਨੂੰ ਤਿਆਰ ਕਰਵਾਇਆ ਗਿਆ ਤੇ ਹੀਰਿਆਂ ਦੇ ਇਸ ਵਪਾਰੀ ਦਾ ਕਹਿਣਾ ਹੈ ਕਿ ਉਹ ਵਪਾਰਕ ਮਕਸਦ ਦੇ ਨਾਲ ਤਿਆਰ ਨਹੀਂ ਕੀਤਾ ਗਿਆ ਬਲਕਿ ਰਾਮ ਮੰਦਿਰ ਨੂੰ ਤੋਹਫੇ ਦੇ ਰੂਪ ਚ ਦਿੱਤਾ ਜਾਣਾ। ਉਹਨਾਂ ਦਾ ਕਹਿਣਾ ਹੈ ਕਿ ਉਹ ਇਹ ਰਾਮ ਦਰਬਾਰ ਤੇ ਹਾਰ ਤਿਆਰ ਕਰਕੇ ਆਪਣੀ ਕਲਾ ਜ਼ਰੀਏ ਭਗਵਾਨ ਲਈ ਆਪਣਾ ਸਤਿਕਾਰ ਜ਼ਾਹਿਰ ਕਰਨਾ ਚਾਹੁੰਦੇ ਨੇ। ਜ਼ਿਕਰਯੋਗ ਹੈ ਕਿ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਲੱਲਾ ਮੰਦਿਰ ਦਾ ਉਦਘਾਟਨ ਸਮਾਰੋਹ ਹੋਣ ਜਾ ਰਿਹਾ ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਨੇ।